ਵਾਹਿਗੁਰੂ ਜੀ ਕੀ ਫਤਿਹ। ਹੜ੍ਹ ਪੀੜਤ ਇਲਾਕਿਆਂ ਦੇ ਵਿੱਚ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਨੇ, ਇੱਥੇ ਆ ਪਰਿਵਾਰ ਦੇ ਲਈ ਜਿਹੜਾ ਰਹਿਸ਼ ਦਾ ਪ੍ਰਬੰਧ ਹੈ ਕਰਕੇ ਦਿੱਤਾ ਜਾ ਰਿਹਾ। ਗੁਰੂ ਦੀ ਕਿਰਪਾ ਤੇ ਸੰਗਤ ਦੇ ਸਹਿਯੋਗ ਦੇ ਨਾਲ ਇਹਦੇ ਵਿੱਚ ਸਾਡੇ ਨਾਲ ਆ ਵੀਰ ਖੜੇ ਨੇ, ਭੋਡੀਪੁਰਾ ਪਿੰਡ, ਬਠਿੰਡਾ ਜ਼ਿਲ੍ਹੇ ਦਾ ਪਿੰਡ ਹੈ। ਮੈਂ ਦੱਸਿਆ ਸੀਗਾ ਪਿਛਲੀ ਵੀਡੀਓ ਦੇ ਵਿੱਚ ਵੀ, ਤਾਂ ਇਹਨਾਂ ਦਾ 50,000 ਰੁਪਈਆ ਜਿਹੜੀ ਸੇਵਾ ਹੈ ਕਰਕੇ ਗਏ ਨੇ, ਔਰ ਜਿਹੜਾ 25,000 ਰੁਪਈਆ ਪਹਿਲਾਂ ਦਿੜਬਾ ਇਲਾਕੇ ਦਾ ਪਿੰਡ ਸੀਗਾ ਉੱਭਿਆ, ਉੱਥੋਂ ਆਇਆ ਸੀਗਾ। ਔਰ ਇਹਦੇ ਨਾਲ ਨਾਲ ਪੈਰਿਸ ਤੋਂ ਵੀਰ ਨੇ ਹਰਵਿੰਦਰ ਸਿੰਘ, ਉਹਨਾਂ ਦਾ ਪਿੰਡ ਗਿੱਦੜ ਪਿੰਡੀ ਹੈ, ਉਹਨਾਂ ਨੇ ਵੀ 20,000 ਰੁਪਈਆ ਜਿਹੜਾ ਭੇਜਿਆ ਸੇਵਾ ਦੇ ਵਿੱਚ। ਸੋ ਭੋਡੀਪੁਰੇ ਦੀ ਸੰਗਤ ਦਾ, ਸਾਰੇ ਪਿੰਡਾਂ ਦਾ ਜਿੱਥੋਂ ਜਿੱਥੋਂ ਸੇਵਾ ਆਈ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਆ ਮੈਂ ਕਹੂੰਗਾ ਵੀਰ ਨੂੰ, ਸਾਡੇ ਨਾਲ ਵੀਰ ਇੱਥੋਂ, ਇਹਨਾਂ ਦਾ ਬਹੁਤ ਧੰਨਵਾਦ ਹੈ ਦੋਨਾਂ ਵੀਰਾਂ ਦਾ, ਸਾਰੀ ਟੀਮ ਦਾ, ਤਿੰਨੋਂ ਹੀ ਨੇ, ਇਹੀ ਪਿੰਡ ਹੈ ਨਸੀਰਪੁਰ। ਇਹਨਾਂ ਵੀਰਾਂ ਨੇ ਲਗਾਤਾਰ ਸਹਿਯੋਗ ਦਿੱਤਾ ਔਰ ਸਾਰਾ ਇੱਕ ਇੱਕ ਚੀਜ਼ ਜਿਹੜੀ ਪ੍ਰੋਪਰ ਰਿਕਾਰਡ ਦੇ ਵਿੱਚ ਰੱਖੀ ਹੋਈ ਹੈ। ਆਹ ਵੇਖੋ ਜਿਹੜੀ ਗੁਰੂ ਦੀ ਬਖਸ਼ਿਸ਼ ਨਾਲ, ਮੈਂ ਕਹੂੰਗਾ ਇੱਕ ਵਾਰੀ ਸਾਰਾ ਜਿਹੜਾ ਦਿਖਾ ਦੇਣਗੇ, ਆਹ ਕੰਮ ਹੈ ਜਿਹੜਾ ਚੱਲ ਰਿਹਾ ਇੱਥੇ। ਤੇ ਕਿੰਨੇ ਬਾਈ ਕਿੰਨੇ ਦਾ ਇੱਕ ਸਾਰਾ ਵੀਰ ਜੀ ਆਇਓ, ਤੁਹਾਨੂੰ ਪਤਾ ਇਹ 16x13 ਜੀ, ਇਹ 16x13 ਦਾ ਪ੍ਰੋਪਰ ਕਮਰਾ। ਇਹਦੇ ਨਾਲ ਆ ਜਿਹੜੀ ਰਸੋਈ ਹੈ, ਰਸੋਈ ਇੱਧਰ ਦੀ ਦਿਖਾਉਣੀ ਪੈਣੀ ਆਪਾਂ ਨੂੰ, ਆ ਜੂ ਜੀ, ਆ ਨਾਲ ਰਸੋਈ ਦਾ ਬਣ ਰਿਹਾ ਜੀ 16x9 ਜੀ, ਇਹ 16x9 ਇਹ ਰਸੋਈ ਪ੍ਰੋਪਰ ਤਿਆਰ ਹੋ ਜਾਣੀ ਹੈ। ਤੇ ਇਹ ਗੁਰੂ ਦੀ ਬਖਸ਼ਿਸ਼ ਦੇ ਨਾਲ, ਕਿਉਂਕਿ ਇਸ ਪਰਿਵਾਰ ਦੇ ਵਿੱਚ ਬੜੀ ਸਮੱਸਿਆ ਸੀ, ਨੌਜਵਾਨ ਭੈਣਾਂ ਨੇ ਪੜ੍ਹਨ ਤੋਂ ਹਟ ਗਈਆਂ ਇਸੇ ਕਰਕੇ ਕਿ ਜਿਹੜਾ ਪੈਸੇ ਨਹੀਂ ਦੇ ਸਕਦੇ, ਤਾਂ ਇੱਥੇ ਉਹਨਾਂ ਨੇ ਆਪਣੇ ਵੱਲੋਂ ਸਿਲਾਈ ਕਢਾਈ ਦਾ ਕੰਮ ਸ਼ੁਰੂ ਕਰਕੇ ਕੰਮ ਕੀਤਾ, ਥੋੜ੍ਹਾ ਮੋਟਾ ਗੁਜ਼ਾਰਾ ਜਿਹੜਾ ਚੱਲਦਾ। ਇਸ ਤਰ੍ਹਾਂ ਦੇ ਇਸ ਘਰ ਦੇ ਵਿੱਚ ਹਾਲਾਤ ਸੀਗੇ ਜੀ। ਸਾਡੇ ਭੋਡੀਪੁਰੇ ਵਾਲੇ ਵੀਰ ਸਾਰੇ ਵੱਖ ਵੱਖ ਪਿੰਡਾਂ ਦੇ ਖੜ੍ਹੇ ਨੇ, ਮਿਸਤਰੀ ਸਾਰੇ ਸਾਡੇ, ਇਹਨਾਂ ਦਾ ਬਹੁਤ ਧੰਨਵਾਦ ਹੈ ਵੀਰਾਂ ਦਾ, ਜਿਹੜੇ ਬਹੁਤ ਸੋਹਣੇ ਢੰਗ ਨਾਲ ਕੰਮ ਕਰ ਰਹੇ ਨੇ। ਸੋ ਗੁਰੂ ਦੀ ਕਿਰਪਾ ਤੇ ਸੰਗਤ ਦੇ ਸਹਿਯੋਗ ਦੇ ਨਾਲ ਇਹ ਜਿਹੜੀਆਂ ਸੇਵਾਵਾਂ ਨੇ ਉਹ ਜਾਰੀ ਰਹਿਣਗੀਆਂ। ਸਾਡੇ ਵੀਰ ਤਰਸੇਮ ਸਿੰਘ ਨੇ ਦੋ ਸ਼ਬਦ ਉਹ ਵੀ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨਗੇ। ਤੇ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਬਹੁਤ ਬਹੁਤ ਧੰਨਵਾਦ ਕਰਦੇ ਜੀ ਸਾਰੀਆਂ ਸਿੱਖ ਸੰਗਤਾਂ ਦਾ ਜਿਨ੍ਹਾਂ ਨੇ ਇਹ ਮਾਇਆ 'ਚ ਹਿੱਸਾ ਪਾਇਆ। ਦਰਬਾਰੇ ਖਾਲਸਾ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕਿ 19 ਤਰੀਕ ਤੋਂ ਲੈ ਕੇ ਅੱਜ ਤੱਕ ਸਾਡਾ ਸਾਥ ਦੇ ਰਹੇ ਆ। ਔਰ ਦੂਸਰਾ, ਇਸ ਪਰਿਵਾਰ ਜਿਹੜਾ, ਇਸ ਪਰਿਵਾਰ ਨੂੰ ਬਹੁਤ ਯਾਨੀ ਕਿ ਮਾੜੀ ਮੰਦੀ ਹਾਲਤ ਵਿੱਚ ਵਿਚਾਰੇ ਨਿਕਲ ਰਹੇ ਸੀਗੇ। ਚੱਕੀ ਸੀਗੀ ਉਹ ਥੋੜ੍ਹੇ ਕਮਰੇ ਹਲਕੇ ਹੋਣ ਦਾ ਕਰਕੇ ਉਹ ਵੀ ਬੰਦ ਹੋ ਗਈ, ਡਿੱਗ ਪਏ ਕਮਰੇ, ਰਹਿਣ ਰਹਿਸ਼ ਵਾਲੇ ਕਮਰੇ ਵੀ ਸੀਗੇ ਖਰਾਬ। 3 ਬੱਚੀਆਂ ਵਾ ਵਿਚਾਰੇ ਦੀਆਂ, ਉਹ ਵੀ ਪੜ੍ਹਨੋਂ ਹਟ ਗਈਆਂ ਫੀਸਾਂ ਫੂਸਾਂ ਦੇ ਕਾਰਨ। ਇੱਕ ਛੋਟਾ ਬੱਚਾ ਲਿਆਇਆ ਸੀ ਇਹਨਾਂ ਨੇ ਗੋਦ, ਉਹ ਐਸੀ ਕਿਸਮਤ ਮਾੜੀ ਵਿਚਾਰੇ ਦੀ, ਉਹ ਬੋਲ ਨਹੀਂ ਸਕਦਾ, ਸੁਣ ਨਹੀਂ ਸਕਦਾ। ਅਤੇ ਆਪ ਇਹ ਵਜ਼ੀਰ ਮਾੜਾ ਮੋਟਾ ਦਿਹਾੜੀ ਦੁੜੀ ਲਾ ਕੇ ਆਉਂਦਾ ਸੀ ਅਤੇ ਜਿਹਦੇ ਨਾਲ ਘਰ ਦਾ ਕੰਮ ਕਰ ਚੱਲਦਾ ਸੀ, ਅਤੇ ਬੜੀ ਯਾਨੀ ਕਿ ਮੁਸ਼ਕਲ ਸੀਗੀ। ਅਤੇ ਦਰਬਾਰੇ ਖਾਲਸਾ ਦਾ, ਸਿੱਖ ਸੰਗਤਾਂ ਦਾ, ਸਾਰੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਸ ਵੀਰ ਦੇ ਸਿਰ 'ਤੇ ਜਿਹੜੀ ਆ ਉਹ ਛੱਤ ਪੈ ਰਹੀ ਆ। ਅਤੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਜੀ, ਜਿਹੜਾ ਤੁਸੀਂ ਪੈਸਾ ਜਿਹੜਾ ਲੱਗ ਰਿਹਾ। ਸਾਡੀ ਇਹ ਕੋਸ਼ਿਸ਼ ਹੁੰਦੀ ਆ ਵੀ ਜਿਹੜੇ ਪੈਸੇ ਲਾਉਣ ਵਾਲੇ ਵੀਰ ਨੇ, ਜਿਹੜੇ ਫੋਨ ਆਉਂਦੇ ਨੇ, ਜਿਵੇਂ ਆ ਭੋਡੀਪੁਰ ਤੋਂ ਸਾਡੇ ਸਿੰਘ ਖੜੇ ਨੇ ਦਰਬਾਰੇ ਖਾਲਸਾ ਦੇ ਨਾਲ ਸੰਬੰਧਿਤ, ਉੱਥੋਂ ਦੀ ਇਕਾਈ ਦੇ ਆਗੂ ਨੇ, ਵੀ ਜਿਹੜੇ ਪੈਸੇ ਭੇਜਣਾ ਚਾਹੁੰਦੇ ਨੇ, ਅਸੀਂ ਉਹਨਾਂ ਨੂੰ ਪਹਿਲੀ ਬੇਨਤੀ ਇਹ ਕਰਦੇ ਹਾਂ ਵੀ ਤੁਸੀਂ ਆਪ ਆਓ ਪੈਸੇ ਲੈ ਕੇ ਅਤੇ ਵੇਖੋ ਵੀ ਕਿੱਥੇ ਤੁਹਾਡਾ ਲੱਗ ਰਿਹਾ। ਲੈਂਟਰ ਪਾਉਣ 'ਤੇ ਵੀ ਆਓ, ਵੇਖੋ ਸਾਰਾ ਪ੍ਰੋਪਰ। ਪਰ ਜਿਹੜੇ ਵੀਰ ਨਹੀਂ ਵੀ ਇੱਦਾਂ ਕਰ ਸਕਦੇ, ਉਹਨਾਂ ਨੂੰ ਪ੍ਰੋਪਰ ਬਿੱਲ, ਪ੍ਰੋਪਰ ਸਾਰਾ ਕੁਝ ਜਿਹੜਾ ਭੇਜ ਦਿੱਤਾ ਜਾਂਦਾ ਇਸ ਢੰਗ ਦੇ ਨਾਲ, ਜਿਹੜੀਆਂ ਸੇਵਾਵਾਂ ਨੇ ਉਹਨਾਂ ਨੂੰ ਦੱਸਿਆ ਜਾਂਦਾ ਤੁਹਾਡਾ ਪੈਸਾ ਇੱਥੇ ਲੱਗ ਗਿਆ। ਅਤੇ ਆਹ ਜਿਹੜੀਆਂ ਚੱਲ ਰਹੀਆਂ ਨੇ ਜੀ, ਇਸ ਗੁਰੂ ਦੀ ਬਖਸ਼ਿਸ਼ ਹੈ, ਲਗਾਤਾਰ ਜਾਰੀ ਨੇ। ਸੋ ਸਭ ਦਾ ਧੰਨਵਾਦ, ਗੁਰੂ ਜੀ ਦਾ ਸ਼ੁਕਰ, ਤਾਂ ਜੋ ਆਪਾਂ ਇਹ ਸੇਵਾਵਾਂ ਰਲ ਮਿਲ ਕੇ ਕਰ ਸਕੀਏ ਸਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।